ਚੱਲ ਗਿਆ ਜੀ ਕੀ ਮਾਮਲਾ ਜੀ ਅੱਜ ਇੱਕ ਮੈਮੋਰੈਂਡਮ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਾਰਫਤ ਡਿਪਟੀ ਕਮਿਸ਼ਨਰ ਕਮ ਡਿਸਟ੍ਰਿਕਟ ਟਰਨਿੰਗ ਆਫਿਸਰ ਜਲੰਧਰ ਦੇ ਥਰੂ ਭੇਜਿਆ ਹੈਗਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਉਹਦੇ ਵਿੱਚ ਮੰਗ ਕੀਤੀ ਹੈ ਇਨਕੁਆਇਰੀ ਦੀ ਔਰ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਜੀ 10 ਤਰੀਕ ਨੂੰ ਜਦੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਕੇ ਜੀ ਭੰਡਾਰੀ ਕਾਊਂਟਿੰਗ ਪ੍ਰੈਮਸਿਸ ਤੋਂ ਬਾਹਰ ਆ ਰਹੇ ਸੀਗੇ ਗੇਟ ਨੰਬਰ 2 ਤੋਂ ਬਾਹਰ ਆਏ ਅਤੇ ਉਹਨਾਂ ਨਾਲ ਕਾਊਂਟਿੰਗ ਏਜੰਟਸ ਵੀ ਸੀਗੇ ਕਾਊਂਟਿੰਗ ਏਜੰਟਸ ਕਿਹੜਾ ਹੈਗਾ ਕਾਊਂਟਿੰਗ ਏਜੰਟ ਸ਼੍ਰੀ ਕ੍ਰਿਸ਼ਨ ਲਾਲ ਸ਼ਰਮਾ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਫੂਟਿੰਗ ਕੀਤੀ ਭੰਡਾਰੀ ਜੀ ਨੂੰ ਅਬਿਊਜ਼ ਵੀ ਕੀਤਾ ਅਤੇ ਫਿਰ ਜਿਹੜਾ ਉਹਨਾਂ ਨੇ ਪਕੜ ਲਿਆ ਕਾਊਂਟਿੰਗ ਏਜੰਟ ਕ੍ਰਿਸ਼ਨ ਲਾਲ ਸ਼ਰਮਾ ਉਹਨਾਂ ਨੂੰ ਮੈਨਹੈਂਡ ਵੀ ਕੀਤੀ ਲੱਤਾਂ ਮਾਰੀਆਂ ਔਰ ਕਮੀਜ਼ ਫਾੜੀ ਗਾਲਾਂ ਕੱਢੀਆਂ ਸੋ ਉੱਥੇ ਜਿਹੜਾ ਹੈਗਾ ਜੋ ਇੰਸੀਡੈਂਟ ਹੋਇਆ ਔਰ ਪੁਲਿਸ ਜਿਹੜੀ ਹੈਗੀ ਹੈ ਉੱਥੇ ਮਿਊਟ ਸਪੈਕਟੇਟਰ ਦੀ ਤਰ੍ਹਾਂ ਖੜ੍ਹੀ ਰਹੀ ਕਿਉਂਕਿ 144 ਲੱਗੀ ਹੋਈ ਸੀ ਕੋਡ ਆਫ ਕੰਡਕਟ ਐਨਫੋਰਸਡ ਸੀਗਾ ਪਹਿਲੀ ਗੱਲ ਤਾਂ ਇਹ ਕਿ ਇੱਦਾਂ ਇਕੱਠੇ ਕਿੱਦਾਂ ਹੋਣ ਦਿੱਤਾ ਪੁਲਿਸ ਨੇ ਔਰ ਦੂਸਰਾ ਜਿਹੜਾ ਹੈਗਾ ਕਿ ਵੀ ਉਸ ਮੌਕਾ ਵਾਰਦਾਤ ਤੋਂ ਉੱਥੇ ਜੇ ਪੁਲਿਸ ਖੜ੍ਹੀ ਸੀਗੀ ਪੁਲਿਸ ਨੇ ਉਹਨਾਂ ਨੂੰ ਔਨ ਦੀ ਸਪੋਟ ਪਕੜਿਆ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਅਧਿਕਸ਼ ਸੁਸ਼ੀਲ ਸ਼ਰਮਾ ਹੋਣੀ ਔਰ ਜਿਹੜਾ ਐਗਰੀਵਡ ਹੈ ਕ੍ਰਿਸ਼ਨ ਲਾਲ ਸ਼ਰਮਾ ਕਮਿਸ਼ਨਰੇਟ ਆਫਿਸਰ ਗਏ ਔਰ ਉੱਥੇ ਜਿਹੜਾ ਹੈਗਾ DCP ਮਿਸਟਰ ਤੇਜਾ ਉਹਨਾਂ ਨੂੰ ਮਿਲੇ ਔਰ ਉਹਨਾਂ ਨੂੰ ਲਿਖਤੀ ਦਰਖਾਸਤ ਦਿੱਤੀ ਲੇਕਿਨ ਹੈ ਕਿ ਠੀਕ ਹੈ ਕਿ FIR ਦਰਜ ਹੋ ਗਈ ਲੇਕਿਨ ਅੱਜ 14 ਤਰੀਕ ਹੋ ਗਈ ਹੈ ਕੋਈ ਵੀ ਕਲਪਿਟ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਮੰਗ ਕਰਦੇ ਹਾਂ ਕਿ ਇੱਕ ਇਨਕੁਆਇਰੀ ਕੀਤੀ ਜਾਵੇ ਔਰ ਪੁਲਿਸ ਅਫਸਰ ਜਿਹੜੇ ਉੱਥੇ ਇੰਚਾਰਜ ਸੀਗੇ ਕਿਉਂਕਿ 144 ਲੱਗਣ ਦੇ ਬਾਅਦ ਕੋਡ ਆਫ ਕੰਡਕਟ ਜਿਹੜਾ ਇਨਫੋਰਸ ਸੀਗਾ ਉਹਦੇ ਬਾਵਜੂਦ ਉਹਨਾਂ ਨੂੰ ਮੌਕੇ ਤੋਂ ਭੱਜਣ ਕਿੱਦਾਂ ਦਿੱਤਾ ਗਿਆ ਕਲਪਿਟਸ ਔਰ ਜਿਹੜਾ ਉਹਨਾਂ ਨੇ ਫੜਿਆ ਕਿਉਂ ਨਹੀਂ ਹੈਗਾ ਉਹਨਾਂ ਸਾਹਮਣੇ ਉਹਨਾਂ ਨੇ ਜਦੋਂ ਦੀ ਕਮੀਜ਼ ਫਾੜ ਰਹੇ ਸੀਗੇ ਉਹਨਾਂ ਨੂੰ ਬਚਾਇਆ ਕਿਉਂ ਨਹੀਂ ਕਿਉਂਕਿ ਜਿਹੜੀ ਵੀਡੀਓ ਹੈਗੀ ਉਹਦੇ ਵਿੱਚ ਕਲੀਅਰ ਨਜ਼ਰ ਆਉਂਦਾ ਕਿ ਪੁਲਿਸ ਪਰਸਨਲਸ ਖੜ੍ਹੇ ਹੈ ਔਰ ਤਮਾਸ਼ਾ ਵੇਖਦੇ ਪਏ ਉਸ ਨਾਤੇ ਜਿਹੜਾ ਇਹ ਮੈਮੋਰੈਂਡਮ ਹੈਗਾ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਾਰਫਤ ਡਿਪਟੀ ਕਮਿਸ਼ਨਰ ਜਲੰਧਰ ਉਹ ਅਸੀਂ ਦਿੱਤਾ ਸਾਰਿਆਂ ਨੂੰ ਸੋ ਉਹਦੀ ਕਾਪੀ ਜਿਹੜੀ ਹੈਗੀ ਤੁਹਾਨੂੰ ਡੀ ਸੀ